ਹਾਂਜੀ ਬੇਟਾ ਅੱਜ ਆਪਾਂ ਬੁੱਲੇ ਸ਼ਾਹ ਜੀ ਬਾਰੇ ਪੜਾਂਗੇ ਬੁੱਲੇ ਸ਼ਾਹ ਜੀ ਦਾ ਜਿਹੜਾ ਜਨਮ ਸੀ 1680 ਦੇ ਵਿੱਚ ਜਨਮ ਹੋਇਆ ਤੇ 1758 ਈਸਵੀ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਸੀ ਬੁੱਲੇ ਸ਼ਾਹ ਜੀ ਦਾ ਜਨਮ ਪਿੰਡ ਪਾਂਡੋਕੇ ਜ਼ਿਲ੍ਹਾ ਲਾਹੌਰ ਵਿੱਚ ਹੋਇਆ ਬੁੱਲੇ ਸ਼ਾਹ ਜੀ ਦੇ ਪਿਤਾ ਮੀਆਂ ਮੁਹੰਮਦ ਦਰਵੇਸ਼ ਇੱਕ ਧਾਰਮਿਕ ਅਧਿਆਪਕ ਸਨ ਉਹ ਇੱਕ ਧਾਰਮਿਕ ਸਿੱਖਿਆ ਦਿੰਦੇ ਸੀ ਉਹਨਾਂ ਦੇ ਪਿਤਾ ਜੀ ਕੌਣ ਸੀ ਮੀਆਂ ਮੁਹੰਮਦ ਦਰਵੇਸ਼ ਬਚਪਨ ਵਿੱਚ ਬੁੱਲਿਸ਼ਾ ਨੂੰ ਡੰਗਰਚਾਰ ਨੇ ਪਾਈ ਉਹਨਾਂ ਨੇ ਬਚਪਨ ਦੇ ਵਿੱਚ ਮਜਾ ਕਰੀਆਂ ਜਦੋਂ ਉਹ ਸਿਆਣਾ ਹੋਇਆ ਤਾਂ ਵਿੱਦਿਆ ਪ੍ਰਾਪਤ ਕਰਨ ਲਈ ਕਸੂਰ ਵਿਖਿਆ ਗਿਆ ਜਦੋਂ ਜਵਾਨੀ ਵਿੱਚ ਪੈਰ ਰੱਖਿਆ ਤਾਂ ਉਸ ਅੰਦਰ ਭਗਤੀ ਭਾਵਨਾ ਜਾਗ ਪਈ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦੀ ਜਿਹੜੀ ਉਹਨਾਂ ਦੇ ਅੰਦਰ ਭਾਵਨਾ ਸੀ ਉਹ ਜਾਗ ਪਈ ਬੁੱਲਿਸ਼ਾ ਬੜਾ ਭਗਤੀ ਵਾਲਾ ਮਸਤੀ ਵਾਲਾ ਸੂਫੀ ਫਕੀਰ ਸੀ ਬੜਾ ਭਗਤੀ ਵਾਲਾ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲਾ ਮਸਤੀ ਵਾਲਾ ਆਪਣੇ ਆਪ ਦੇ ਵਿੱਚ ਮਸਤ ਰਹਿਣ ਵਾਲਾ ਲੋਕਾਂ ਤੋਂ ਸਮਾਜ ਤੋਂ ਦੁਨੀਆ ਤੋਂ ਨਿਰਲੇਪ ਰਹਿਣ ਵਾਲਾ ਸੂਫੀ ਫਕੀਰ ਸੀ ਉਸ ਦੀ ਫਕੀਰੀ ਨੇ ਉਸ ਨੂੰ ਕਵੀ ਬਣਾਇਆ ਉਸ ਜਿਹੜੀ ਫਕੀਰੀ ਸੀ ਉਸ ਨੂੰ ਉਸ ਨੇ ਉਸ ਨੂੰ ਕਵੀ ਬਣਾਇਆ ਜਦੋਂ ਕੋਈ ਇਨਸਾਨ ਅਕੱਲਾ ਹੁੰਦਾ ਹੈ ਤਾਂ ਜਦੋਂ ਜਦੋਂ ਜੋ ਵੀ ਇਹਦੇ ਮਨ ਦੇ ਵਿੱਚ ਖਿਆਲ ਆਉਂਦੇ ਨੇ ਜਾਂ ਉਹ ਇਸ਼ਕ ਹਕੀਕੀ ਲਾ ਲਓ ਜਾਂ ਉਹ ਮਿਜਾਜੀ ਲਾ ਲਓ ਇੱਕ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਤੇ ਇੱਕ ਕੀ ਹੈ ਸਮਾਜ ਦੇ ਨਾਲ ਠੀਕ ਹੈ ਆਪਣੇ ਆਪ ਦੇ ਨਾਲ ਤਾਂ ਉਹ ਕੀ ਹੈ ਸਾਰੇ ਉਹ ਨੂੰ ਕੀ ਹੈ ਫਕੀਰੀ ਨੇ ਉਸ ਨੂੰ ਕਵੀ ਬਣਾਇਆ ਇਹ ਸਾਰੀਆਂ ਚੀਜ਼ਾਂ ਨੇ ਉਸ ਦਾ ਗੁਰੂ ਕੌਣ ਸੀ ਸ਼ਾਹ ਇਨਾਇਤ ਸੀ ਗੁਰੂ ਉਸ ਦਾ ਸ਼ਾਹ ਇਨਾਇਤ ਸੀ ਬੁੱਲੇ ਸ਼ਾਹ ਨੇ ਕਾਫੀਆਂ ਅਠਵਾਰੇ 12 ਮਾਂ ਤੇ ਤਿੰਨ ਸ਼ਰੀਫੀਆਂ ਵੀ ਲਿਖੀਆਂ ਕਾਫੀਆਂ ਸੂਫੀ ਭਾਵਾਂ ਨਾਲ ਭਰਪੂਰ ਹਨ ਸੂਫੀ ਭਾਵ ਕਿਹੜੇ ਨੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਵਾਲੇ ਜਿਹੜੇ ਵੀ ਹੋਵੇ ਨੇ ਸੂਫੀ ਕਵੀ ਹੋਏ ਨੇ ਉਹ ਬਾਬਾ ਫਰੀਦ ਜੀ ਬੁੱਲੇ ਸ਼ਾਹ ਸ਼ਾਹ ਹੁਸੈਨ ਉਹਨਾਂ ਵਿੱਚ ਸੋਚ ਤੜਫ ਬਿਰਹਾ ਹੂਕ ਤੇ ਵਿਰਾਗ ਹੈ ਉਸ ਦੀ ਬੋਲੀ ਲੋਹਾਰੀ ਤੇ ਮਲਤਾਨੀ ਹੈ ਉਸ ਨੇ ਪੰਜਾਬੀ ਮੁਹਾਵਰਿਆਂ ਦਾ ਪ੍ਰਯੋਗ ਬੜੇ ਸੁੰਦਰ ਢੰਗ ਨਾਲ ਕੀਤਾ ਹੈ ਪੰਜਾਬੀ ਮੁਹਾਵਰਿਆਂ ਦਾ ਜਿਹੜਾ ਪ੍ਰਯੋਗ ਹੈ ਬੁੱਲੇ ਸ਼ਾਹ ਜੀ ਨੇ ਬੜੇ ਸੁੰਦਰ ਢੰਗ ਦੇ ਨਾਲ ਕੀਤਾ ਹੈ ਅੱਗੇ ਬਟਾ ਆਪਾਂ ਪੜ੍ਹਦੇ ਹਾਂ ਬੁੱਲਾ ਬੁੱਲਾ ਕੀ ਜਾਣੇ ਮੈਂ ਕੌਣ ਬੁੱਲਾ ਕਹਿੰਦਾ ਮੈਂ ਕੁਝ ਨਹੀਂ ਜਾਣਦਾ ਵੀ ਮੈਂ ਕੌਣਾ ਠੀਕ ਹੈ ਨਾ ਮੈਂ ਮੋਮਨ ਵਿਚ ਮਸੀਤਾ ਨਾ ਮੈਂ ਕੁਫਰ ਇਮਾਨ ਦੀਆਂ ਰੀਤਾ ਮੂਮਨ ਕੀ ਹੁੰਦਾ ਬੇਟਾ ਇਸਲਾਮ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਜਿਹੜਾ ਮੁਸਲਮਾਨ ਹੈ ਠੀਕ ਹੈ ਕੁਫਰ ਕੀ ਹੁੰਦਾ ਝੂਠ ਇਮਾਨ ਹੁੰਦਾ ਧਰਮ ਠੀਕ ਹੈ ਜਿਹੜੇ ਕੀ ਹੈ ਬੁੱਲਿਸ਼ਾ ਦੱਸਿਆ ਕਿ ਉਸ ਅੰਦਲੀ ਜਿਹੜੀ ਮੈਂ ਨਾ ਤੋ ਮਸੀਤਾਂ ਵਿੱਚ ਰਹਿਣ ਵਾਲੇ ਅਤੇ ਨਾ ਹੀ ਇਸਲਾਮ ਧਰਮ ਦੇ ਵਿੱਚ ਰਹਿਣ ਵਾਲੇ ਮੁਸਲਮਾਨਾਂ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਨਾ ਮੈਂ ਪਾਕਾਂ ਵਿੱਚ ਪਲੀਤਾ ਪਾਕਾ ਕੀ ਹੁੰਦਾ ਬੇਟਾ ਪਵਿੱਤਰ ਲੋਕ ਠੀਕ ਹੈ ਪਲੀਤਾ ਹੁੰਦਾ ਹੈ ਅਪਵਿੱਤਰ ਲੋਕ ਨਾ ਮੈਂ موسی ਨਾ ਫਿਰਔਨ موسی ਕੌਣਾ ਹੈ ਇਹ ਜਿਹੜਾ ਇਜ਼ਰਾਈਲ ਵੰਸ਼ ਦਾ ਇੱਕ ਪੈਗੰਬਰ ਹੋਇਆ ਯਹੂਦੀਆਂ ਦਾ ਧਰਮਗੁਰੂਆਂ ਨੂੰ ਮੂਸਾ ਬੋਲਦੇ ਨੇ ਫਿਰੌਨ ਹੈ ਜਿਹੜਾ ਕੀ ਹੈ ਉਹ ਮਿਸਰ ਦਾ ਹੰਕਾਰੇ ਤੇ ਜ਼ਾਲਮ ਬਾਦਸ਼ਾਹ ਸੀਗਾ ਬੁੱਲਾ ਕੀ ਜਾਣੇ ਮੈਂ ਕੌਣ ਇਸ ਦੇ ਵਿੱਚ ਉਸ ਦੀ ਮੈਂ ਹੈ ਜਿਹੜੀ ਕੀ ਹੈ ਬੁੱਲਾ ਕੀ ਜਾਣੇ ਮੈਂ ਕੌਣ ਦੇ ਵਿੱਚ ਉਹ ਕਹਿ ਰਿਹਾ ਹੈ ਵੀ ਜਿਹੜੀ ਮੇਰੀ ਮੈਂ ਹੈ ਨਾ ਉਹ ਪਵਿੱਤਰ ਲੋਕਾਂ ਦੇ ਵਿੱਚ ਸ਼ਾਮਲ ਹੋਣ ਕਰਕੇ ਹੈ ਤੇ ਨਾ ਹੀ ਅਪਵਿੱਤਰ ਲੋਕਾਂ ਦੇ ਵਿੱਚ ਸ਼ਾਮਲ ਹੋਣ ਕਰਕੇ ਹੈ ਤੇ ਨਾ ਹੀ ਉਸ ਦੀ ਮੈਂ ਜਿਹੜੀ ਯਹੂਦੀਆਂ ਦਾ ਜਿਹੜਾ ਧਰਮਗੁਰੂ ਫਿਰੌਨ ਹੈ ਉਹਦਾ ਹੰਕਾਰ ਕਿਨੇ ਥੋੜਾ ਸੀ ਮੁੱਸੇ ਨੇ ਤੋੜਿਆ ਸੀ ਠੀਕ ਹੈ ਨਾ ਹੀ ਉਹਦੇ ਵਿੱਚ ਵਿਸ਼ਵਾਸ ਰੱਖਦੀ ਉਹ ਬੁੱਲੇ ਸ਼ਾਹ ਆਖਦਾ ਕਿ ਮੈਂ ਨਹੀਂ ਜਾਣਦਾ ਕੀ ਜਿਹੜੀ ਉਹਦੀ ਮੈਂ ਆ ਉਹ ਕੌਣ ਹੈ ਨਾ ਮੈਂ ਅੰਦਰ ਵੇਦ ਕਿਤਾਬਾਂ ਨਾ ਮੈਂ ਪੰਗਾ ਵਿੱਚ ਸ਼ਰਾਬਾਂ ਨਾ ਵਿੱਚ ਰਿੰਦਾ ਮਸਤ ਖਰਾਬਾਂ ਨਾ ਵਿੱਚ ਜਾਗਣ ਨਾ ਵਿੱਚ ਸੌਣ ਬੁੱਲਾ ਕੀ ਜਾਣੇ ਮੈਂ ਕੌਣ ਇਸ ਦੇ ਵਿੱਚ ਕਿਹਾ ਗਿਆ ਹੈ ਜਿਹੜੇ ਬੁੱਲੇਸ਼ਾ ਹੈ ਉਹਦੇ ਵਿੱਚ ਵੇਦ ਨੇ ਵੇਦ Hindu ਧਰਮ ਦੇ ਵਿੱਚ ਚਾਰ ਵੇਦ ਹੋਏ ਨੇ ਠੀਕ ਹੈ ਬੇਟਾ ਤੇ ਕਿਤਾਬਾਂ ਕੀ ਹੈ ਇਹਦੇ ਵਿੱਚ ਚਾਰ ਧਾਰਮਿਕ ਗ੍ਰੰਥ ਹੋਏ ਨੇ ਜਿਹੜਾ ਯਹੂਦੀਆਂ ਦਾ ਧਰਮ ਗ੍ਰੰਥ ਹੈ ਉਹਨੂੰ ਬੋਲਦੇ ਨੇ ਤורה ਠੀਕ ਹੈ ਤੇ ਜਿਹੜਾ Hazrat Daud ਦਾ ਧਰਮ ਗ੍ਰੰਥ ਹੈ ਉਹਨੂੰ ਬੋਲਦੇ ਨੇ ਜ਼ੰਬੂਰ ਅੰਜੀਲ ਹੈ ਜਿਹੜਾ ਕੀ ਹੈ ਇਸਾਈਆਂ ਦਾ ਧਰਮ ਗ੍ਰੰਥ ਹੈ ਬਾਈਬਲ ਠੀਕ ਹੈ ਨਾ ਮੈਂ ਪੰਗਾ ਵਿੱਚ ਸ਼ਰਾਬਾਂ ਇਦੇ ਵਿੱਚ ਬੁਲੇਸ਼ਾ ਦੱਸਦਾ ਹੈ ਕਿ ਨਾ ਮੈਂ ਵੇਦ ਜਿਹੜੀ ਹਿੰਦੂਆਂ ਦੇ ਚਾਰ ਧਰਮ ਗ੍ਰੰਥ ਨੇ ਉਹਨਾਂ ਦੇ ਪੜਨ ਵਿੱਚ ਵਿਸ਼ਵਾਸ ਰੱਖਦਾ ਨਾ ਹੀ ਮੈਂ ਜਿਹੜੀ ਕਿ ਬਾਈਬਲ ਐ ਕੁਰਾਨ ਐ ਤੋਰੇ ਤੇ ਜੰਬੂਰ ਜਿਹੜੇ ਮੈਂ ਤੁਹਾਨੂੰ ਹੁਣ ਦੱਸੇ ਨਹੀਂ ਨਾ ਹੀ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦਾ ਹਾਂ ਤੇ ਨਾ ਹੀ ਉਹਦੀ ਮੈਂ ਭੰਗ ਤੇ ਸ਼ਰਾਬ ਰੂਪੀ ਜਿਹੜੇ ਨਸ਼ੇ ਪੀਣ ਵਾਲੇ ਨੇ ਉਹਨਾਂ ਦੇ ਵਿੱਚ ਵਿਸ਼ਵਾਸ ਰੱਖਦਾ ਕਿਸੇ 'ਚ ਮੈਂ ਵਿਸ਼ਵਾਸ ਨਹੀਂ ਰੱਖਦਾ ਹੈਗਾ ਨਾ ਵਿੱਚ ਰਿੰਦਾ ਮਸਤ ਖਰਾਬਾਂ ਨਾ ਵਿੱਚ ਜਾਗਣ ਨਾ ਵਿੱਚ ਸੌਣ ਅਤੇ ਨਾ ਹੀ ਮੈਂ ਜਿਹੜੇ ਜਾਗਦੇ ਨੇ ਜਾਗਦੇ ਰਹਿਣ ਵਾਲੇ ਲੋਕ ਨੇ ਨਾ ਹੀ ਮੈਂ ਉਹਨਾਂ ਦੇ ਵਿੱਚ ਵਿਸ਼ਵਾਸ ਰdna ਤੇ ਜਿਹੜੇ ਸੁੱਤੇ ਰਹਿੰਦੇ ਨੇ ਹਰ ਵਕਤ ਨਾ ਹੀ ਉਹਨਾਂ ਦੇ ਵਿੱਚ ਵਿਸ਼ਵਾਸ ਰdna ਬੁੱਲਾ ਕੀ ਜਾਣੇ ਮੈਂ ਕਹਾਂ ਉਹ ਬੁੱਲੇ ਸ਼ਾਹ ਕਹਿੰਦਾ ਕਿ ਉਹਨੂੰ ਨਹੀਂ ਪਤਾ ਕਿ ਉਹਦੀ ਜਿਹੜੀ ਮੈਂ ਆ ਉਹ ਕੌਣਾ ਹੈ ਉਹ ਨਾ ਵਿੱਚ ਸ਼ਾਦੀ ਨਾ ਗਮਨਾਕੀ ਸ਼ਾਦੀ ਕੀ ਹੁੰਦਾ ਬੇਟਾ ਖੁਸ਼ੀ ਠੀਕ ਹੈ ਗਮਨਾਕੀ ਹੁੰਦਾ ਹੈ ਗਮੀ ਨਾ ਮੈਂ ਵਿੱਚ ਪਲਿੱਤੀ ਪਲਿੱਤੀ ਪਵਿੱਤਰ ਲੋਕ ਪਾਕੀ ਅਪਵਿੱਤਰ ਲੋਕ ਨਾ ਮੈਂ ਅਭੀ ਅਭੀ ਹੁੰਦਾ ਪਾਣੀ ਖਾਕੀ ਮਿੱਟੀ ਆਤਸ਼ ਅੱਗ ਨਾ ਮੈਂ ਪਉਣ ਪਉਣ ਹਵਾ ਬੁੱਲਾ ਕੀ ਜਾਣੇ ਮੈਂ ਕੌਣ ਹੁਣ ਇਹਦੇ ਵਿੱਚ ਬੁੱਲੇ ਸ਼ਾਹ ਜੀ ਕਹਿ ਰਹੇ ਨੇ ਦੱਸ ਹੈ ਬੁੱਲੇ ਸ਼ਾਹ ਦੱਸਦਾ ਹੈ ਕਿ ਮੈਂ ਨਾ ਤਾਂ ਖੁਸ਼ ਰਹਿਣ ਵਾਲੇ ਅਤਵਾ ਜਿਹੜੇ ਕਿਨੇ ਖੁਸ਼ੀਆਂ ਦੇ ਨਾਲ ਮੰਨਣ ਵਾਲੇ ਲੋਕ ਨੇ 나ਹੀਂ ਮੈਂ ਉਹਨਾਂ ਦੇ ਵਿੱਚ ਵਿਸ਼ਵਾਸ ਰਧਨ ਨਾਹੀਂ ਜਿਹੜੇ ਗਮ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਉਹ ਵਿਸ਼ਵਾਸ ਰਧਨ ਨਾਹੀਂ ਮੈਂ ਪਵਿੱਤਰ ਲੋਕਾਂ ਦੇ ਵਿੱਚ ਨਾਹੀਂ ਅਪਵਿੱਤਰ ਲੋਕਾਂ ਦੇ ਵਿੱਚ ਉਹਦੀ ਜਿਹੜੀ ਮੈਂ ਆ ਨਾ ਹੀ ਉਹ ਪਾਣੀ ਹੈ ਨਾ ਹੀ ਮਿੱਟੀ ਹੈ ਅਤੇ ਨਾ ਹੀ ਅੱਗ ਹੈ ਤੇ ਨਾ ਹੀ ਹਵਾ ਇਹ ਸਾਰੇ ਜਿਹੜੇ ਉਹਦੀ ਮੈਂ ਇਹ ਸਾਰੇ ਤਤਾਂ ਤੋਂ ਬਣੀ ਹੋਈ ਹੈ ਬਣੀ ਹੋਈ ਨਹੀਂ ਉਹ ਕੀ ਹੈ ਸਾਰੀ ਜੀਜਾਂ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਉਹ ਵਿਸ਼ਵਾਸ ਨਹੀਂ ਰਹਿਦਾ ਬੁੱਲਾ ਕੀ ਜਾਣੇ ਮੈਂ ਕੌਣ ਬੁੱਲੇ ਸ਼ਾ ਕਹਿੰਦਾ ਕਿਉਂ ਨਹੀਂ ਜਾਣਦੇ ਜਿਹੜੀ ਉਹਦੀ ਮੈਂ ਆ ਉਹ ਕੌਣ ਹੈ ਉਹ ਨਾ ਮੈਂ ਅਰਬੀ ਨਾ ਲਾਹੌਰੀ ਨਾ ਮੈਂ ਹਿੰਦੀ ਸ਼ਹਿਰ ਨਗੌਰੀ ਨਾ ਮੈਂ Hindu ਤੁਰਕ ਪਸ਼ੌਰੀ ਨਾ ਮੈਂ ਰਹਿਂਦਾ ਵਿੱਚ ਨਦੌਣ ਬੁੱਲਾ ਕੀ ਜਾਣੇ ਮੈਂ ਕੌਣ ਅਰਬੀ ਹੈ ਅਰਬ ਅਰਬ ਦਾ ਰਹਿਣ ਵਾਲਾ ਲਾਹੌਰੀ ਹੈ ਜਿਹੜਾ ਲਾਹੌਰ ਦੇ ਰਹਿਣ ਵਾਲਾ ਹੈ ਹਿੰਦੀ ਹੈ ਹਿੰਦੁਸਤਾਨ ਦਾ ਵਸਨੀਕ ਨਗੌਰੀ ਨਗੌਰ ਸ਼ਹਿਰ ਦੇ ਰਹਿਣ ਵਾਲਾ ਠੀਕ ਹੈ ਬੇਟਾ ਪਸ਼ੌਰੀ ਹੈ ਜਿਹੜਾ ਪਸ਼ੌਰ ਸ਼ਹਿਰ ਦੇ ਰਹਿਣ ਵਾਲਾ ਨਦੌਣ ਹੈ ਜਿਹੜਾ ਕੀ ਹੈ ਉਹ ਕਾਂਗੜਾ ਸ਼ਹਿਰ ਦਾ ਇੱਕ ਇਲਾਕਾ ਹੈ ਜਿਹੜਾ ਸੂਫੀਆਂ ਦੇ ਨਾਮ ਦੇ ਪ੍ਰਸਿੱਧ ਸੀਗਾ ਨਾ ਮੈਂ ਅਰਬੀ ਨਾ ਲਾਹੌਰੀ ਬੁੱਲੇ ਸ਼ਾਹ ਦੱਸਦਾ ਕਿ ਉਹਦੀ ਮੈਂ ਹੈ ਜਿਹੜੀ ਨਾ ਤਾਂ ਅਰਬ ਦਾ ਵਸਨੀਕ ਰਹਿਣ ਵਾਲਿਆਂ ਵਿੱਚ ਹੈ ਨਾ ਹੀ ਲਾਹੌਰ ਦੇ ਰਹਿਣ ਵਾਲਿਆਂ ਵਿੱਚ ਹੈ ਨਾ ਹੀ ਹਿੰਦ ਦੇ ਨਾ ਹੀ ਹਿੰਦੀ ਹੋਣ ਦੇ ਵਿੱਚ ਹੈ ਨਾ ਹੀ ਨਗੌਰ ਸ਼ਹਿਰ ਦਾ ਵਸਨੀਕ ਹੋਣ ਦੇ ਵਿੱਚ ਹੈ। ਨਾ ਮੈਂ ਹਿੰਦੂ ਤੁਰਕ ਪਸ਼ੋਰੀ ਤੇ ਨਾ ਹੀ ਜਿਹੜੀ ਉਹਦੀ ਮੈਂ ਨਗੌਰ ਸ਼ਹਿਰ ਦਾ ਵਸਨੀਕ ਹੋਣ ਕਰਕੇ ਨਾ ਹੀ ਉਹ ਤੁਰਕ ਦੇ ਵਿੱਚ ਹੋਣ ਕਰਕੇ ਤੇ ਨਾ ਹੀ ਮੈਂ ਰੈਂਦਾ ਵਿਚਨਦੌਣ ਤੇ ਨਾ ਹੀ ਜਿਹੜੀ ਕੀ ਆ ਉਹਦੀ ਮੈਂ ਜਿਹੜੀ ਨਦੌਣ ਹੈ ਜਿਹੜਾ ਪ੍ਰਸਿੱਧ ਸੂਫੀਆਂ ਦਾ ਸ਼ਹਿਰ ਐ ਉਸ ਦੇ ਵਿੱਚ ਵਿਸ਼ਵਾਸ ਰਧ ਹੈ। ਬੁੱਲਾ ਕੀ ਜਾਣੇ ਮੈਂ ਕੌਣ ਬੁੱਲੇ ਸ਼ਾਹ ਕਹਿੰਦਾ ਕਿ ਉਹਨੂੰ ਨਹੀਂ ਪਤਾ ਕਿ ਉਸ ਦੀ ਮੈਂ ਜਿਹੜੀ ਉਹ ਕੌਣ ਆ ਹੋ। ਨਾ ਮੈਂ ਭੇਦ ਮਜ਼ਬਬ ਦਾ ਪਾਇਆ ਮਜ਼ਬਬ ਕੀ ਹੁੰਦਾ ਧਰਮ ਦਾ ਪਾਇਆ ਨਾ ਮੈਂ ਆਦਮ ਹਵਾ ਜਾਇਆ ਨਾ ਮੈਂ ਆਪਣਾ ਨਾਮ ਧਰਾਇਆ ਨਾ ਵਿੱਚ ਬੈਠਣ ਨਾ ਵਿੱਚ ਪਾਉਣ ਬੁੱਲਾ ਕੀ ਜਾਣੇ ਮੈਂ ਕੌਣ ਨਾ ਮੈਂ ਭੇਦ ਮਜ਼ਬਬ ਦਾ ਪਾਇਆ ਬੁੱਲੇ ਸ਼ਾਹ ਕਹਿੰਦਾ ਹੈ ਕਿ ਉਸ ਦੀ ਜਿਹੜੀ ਮੈਂ ਆ ਨਾ ਹੀ ਧਰਮ ਦਾ ਭੇਦ ਪਾਉਣ ਦੇ ਵਿੱਚ ਹੈ ਭੇਦ ਪਾਉਣ ਵਿੱਚ ਨਹੀਂ ਹੈਗੀ ਨਾ ਹੀ ਦੁਨੀਆ ਦੇ ਜਿਹੜੇ ਪਹਿਲੇ ਮਰਦ ਬਾਬਾ ਆਦਮ ਹੋਇਆ ਠੀਕ ਹੈ ਉਹਦੇ ਵਿੱਚ ਹੈ ਨਾ ਹੀ ਜਿਹੜੀ ਪਹਿਲੀ ਔਰਤ ਹਵਾ ਦੇ ਜਾਏ ਪੁੱਤਰ ਹੋਣ ਦੇ ਵਿੱਚ ਹੈ ਕਿਸੇ ਚੀਜ਼ ਦੇ ਵਿੱਚ ਉਸ ਦੀ ਮੈਂ ਜਿਹੜੀ ਉਹ ਕੀ ਹੈ ਵਿਸ਼ਵਾਸ ਨਹੀਂ ਰੱਖਦੀ ਹੈਗੀ ਨਾ ਹੀ ਉਹ ਕੀ ਹੈ ਆਪਣੇ ਆਪ ਨੂੰ ਵੱਡਾ ਮਹਾਨ ਧਰਮ ਅਖਾਉਣ ਦੇ ਵਿੱਚ ਹੈ ਵੀ ਵੱਡਾ ਮੈਂ ਮਹਾਨ ਮਨੁੱਖ ਖਵਾਵਾ ਨਾ ਹੀ ਉਹਦੀ ਮੈਂ ਆ ਉਸ ਦੇ ਵਿੱਚ ਵਿਸ਼ਵਾਸ ਰੱਖਦੀ ਨਾ ਮੈਂ ਬੈਠਣ ਨਾ ਵਿੱਚ ਪਾਉਣ ਨਾ ਹੀ ਮੈਂ ਬੈਠਣ ਦੇ ਵਿੱਚ ਵਿਸ਼ਵਾਸ ਰੱਖਦਾ ਤੇ ਨਾ ਹੀ ਘੁੰਮਣ ਫਿਰਨ ਵਾਲਿਆਂ ਵਿੱਚ ਤੇ ਜਿਹੜੇ ਕੀ ਹੈ ਨਾ ਵਿੱਚ ਬੈਠਣ ਨਾ ਵਿੱਚ ਪਾਉਣ ਇਕੀ ਇਹ ਫਕੀਰਾਂ ਦੀ ਦੋ ਕਿਸਮਾਂ ਹੁੰਦੀਆਂ ਨੇ ਬੇਟਾ ਠੀਕ ਹੈ ਡੇਰਾ ਬਣਾ ਕੇ ਜਿਹੜੇ ਬੈਠਣ ਵਾਲੇ ਕੁੱਟੀ ਚ ਕੁੱਟੀ ਚਰ ਹੁੰਦੇ ਨੇ ਠੀਕ ਹੈ ਉਹ ਤਾਂ ਬੈਠ ਕੇ ਨਾਮ ਸਿਮਰਨ ਕਰਦੇ ਨੇ ਤਪੱਸਿਆ ਕਰਦੇ ਨੇ ਪ੍ਰਮਾਤਮਾ ਦੀ ਤੇ ਜਿਹੜੇ ਭੌਣ ਹੁੰਦੇ ਨੇ ਉਹ ਕੀ ਥਾਂ ਥਾਂ ਤੇ ਘੁੰਮਣ ਫਿਰਨ ਵਾਲੇ ਹੁੰਦੇ ਨੇ ਨਾ ਜੰਗਮ ਬੋਲਦੇ ਨੇ ਠੀਕ ਹੈ ਇਕੀ ਇਹ ਬੁੱਲਾ ਕੀ ਜਾਣੇ ਮੈਂ ਕੌਣ ਹਾਂਜੀ ਅਵਲ ਅਖਰ ਅਵਲ ਆਖਰ ਆਪ ਨੂੰ ਜਾਣਾ ਨਾ ਕੋਈ ਦੂਜਾ ਹੋਰ ਪਛਾਣਾ ਮੈਥੋ ਹੋਰ ਨਾ ਕੋਈ ਸਿਆਣਾ ਬੁੱਲਾ ਸ਼ਾ ਖੜਾ ਹੈ ਕੌਣ ਬੁੱਲਾ ਕੀ ਜਾਣੇ ਮੈਂ ਕੌਣ ਅੱਲਾ ਨੂੰ ਸੰਬੋਧਨ ਕਰਦਾ ਹੋਇਆ ਬੁੱਲੇ ਸ਼ਾ ਆਖਦਾ ਹੈ ਕਹਿੰਦਾ ਹੈ ਵੀ ਉਹ ਸ਼ੁਰੂ ਤੋਂ ਅਖੀਰ ਤੱਕ ਉਸ ਨੂੰ ਅੱਲਾ ਹੀ ਸਿਰਫ ਪ੍ਰਮਾਤਮਾ ਹੀ ਜਾਣਦਾ ਹੈ ਉਸ ਨੂੰ ਹੋਰ ਕੋਈ ਨਹੀਂ ਜਾਣਦਾ ਹੈਗਾ ਨਾ ਹੀ ਮੇਰੇ ਤੋਂ ਮੈਥੋ ਹੋਰ ਕੋਈ ਨਾ ਸਿਆਣਾ ਬੁੱਲਾ ਸ਼ਾ ਖੜਾ ਹੈ ਕੌਣ ਤੇ ਉਸ ਨੂੰ ਕਿਸੇ ਹੋਰ ਨੂੰ ਨਹੀਂ ਪਛਾਣਿਆ ਹੀ ਨਹੀਂ ਉਸ ਤੋਂ ਠੀਕ ਹੈ ਤੇ ਰੱਬ ਅਗੇ ਬੁੱਲੇ ਸ਼ਾਹ ਦੀ ਕੋਈ ਹਾਇਸੀਅਤ ਨਹੀਂ ਹੈਗੀ ਉਹ ਕਹਿੰਦਾ ਹੈ ਕਿ ਉਹ ਕਹਿ ਰਿਹਾ ਕਿ ਜਿਹੜੀ ਅਸਲੀਅਤ ਹੈ ਉਹ ਕੀ ਹੈ ਮੈਂ ਅੱਲਾ ਦਾ ਇੱਕ ਅੰਸ਼ਾ ਜਦ ਕਿ ਜਿਹੜੇ ਕੀ ਹੈ ਜਿਹੜੀ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਵਾਲੇ ਹੁੰਦੇ ਨੇ ਠੀਕ ਹੈ ਪ੍ਰਮਾਤਮਾ ਦੇ ਨਾਲ ਇਕਮਿਕ ਹੋ ਜਾਂਦੇ ਨੇ ਜੋ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ ਤਾਂ ਜਿਹੜੀ ਉਹਨਾਂ ਦੀ ਮੈਂ ਆ ਸਭ ਕੁਝ ਕੀ ਹੈ ਅੱਲਾ ਦਾ ਰੂਪ ਹੀ ਧਾਰਨ ਕਰ ਲੈਂਦੇ ਆ ਵੀ ਸਾਰਾ ਕੁਝ ਉਹ ਪ੍ਰਮਾਤਮਾ ਨੂੰ ਹੀ ਮੰਨਣ ਲੱਗ ਜਾਂਦੇ ਨੇ ਨੈਕਸਟ ਹੈਗਾ ਬੇਟਾ ਇਸ਼ਕ ਦੀ ਨਵੀਂ ਹੋ ਨਵੀਂ ਬਹਾਰ ਫੂਕ ਮਸੱਲਾ ਮੁਸੱਲਾ ਕੀ ਹੁੰਦਾ ਬੇਟਾ ਨਮਾਜ਼ ਪੜਨ ਦਾ ਆਸਣ ਹੁੰਦਾ ਭੰ ਸਿਟ ਲੋਟਾ ਨਾ ਫੜ ਤਸਵੀ ਕਾਸਾ ਸੋਟਾ ਤਸਵੀ ਕੀ ਹੁੰਦਾ ਮਣਕੇ ਦੀ ਮਾਲਾ ਕਾਸਾ ਕੀ ਹੁੰਦਾ ਪਿਆਲਾ ਫੂਕ ਮੁਸੱਲਾ ਭੰ ਸਿਟ ਲੋਟਾ ਨਾ ਫੜ ਤਸਵੀ ਕਾਸਾ ਕੁਸੋਟਾ ਆलिम ਕਹਿੰਦਾ ਦੇਦੇ ਹੋਕਾ ਤਰਕ ਹਲਾਲੋਂ ਖਾ ਮੁਰਦਾਰ ਇਸ਼ਕ ਦੀ ਨਵੀਂੋਂ ਨਵੀਂ ਬਹਾਰ ਬੁੱਲੀਸ਼ ਅਨੁਸਾਰ ਜਿਹੜਾ ਨਮਾਜ਼ ਪੜਨਾਂ ਲਈ ਵਰਤਿਆ ਜਾਂਦਾ ਜਿਹੜਾ ਮੁਸੱਲਾ ਹੁੰਦਾ ਉਹ ਕੀ ਹੈ ਰੱਬ ਦੇ ਆਸ਼ਿਕਾਂ ਦੇ ਲਈ ਕੋਈ ਜ਼ਿਆਦਾ ਮਹੱਤਵ ਨਹੀਂ ਰੱਖਦਾ ਹੈਗਾ ਮਤਲਬ ਪ੍ਰਮਾਤਮਾ ਦਾ ਜਿਹੜਾ ਨਾਮ ਸਿਮਰਨ ਉਹ ਕਿਤੇ ਵੀ ਕੀਤਾ ਜਾ ਸਕਦਾ ਹੈ ਉਹ ਠੀਕ ਹੈ ਤੇ ਨਾ ਹੀ ਕੀ ਉਹ ਕੋਈ ਡੰਡੇ ਜਾਂ ਲੋਟੇ ਦੀ ਉਹਨੂੰ ਕੋਈ ਜ਼ਰੂਰਤ ਹੁੰਦੀ ਹੈ ਹੱਥ ਦੇ ਵਿੱਚ ਫੜਨ ਦੇ ਲਈ ਕੋਈ ਡੰਡਾ ਜਾਂ ਕੋਈ ਲੋਟਾ ਵਗੈਰਾ ਜਿਹੜਾ ਫੜਦੇ ਨੇ ਗੜਬਾ ਹੱਥ ਵਿੱਚ ਉਹ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਜਿਹੜੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਵਾਲੇ ਹੁੰਦੇ ਨੇ ਨਾਹੀ ਕਿਸੇ ਤਰ੍ਹਾਂ ਦਿਨ ਨੂੰ ਕੋਈ ਮਾਲਾ ਦੀ ਚਰੂਪ ਮਾਲਾ ਦੀ ਜ਼ਰੂਰਤ ਹੁੰਦੀ ਹੈ ਨਾਹੀ ਕੋਈ ਪੈਲੇ ਦੀ ਜ਼ਰੂਰਤ ਹੁੰਦੀ ਹੈ ਆलिम ਕਹਿਣਾ ਦੇ ਦੇ ਹੋਕਾ ਤੁਰਕ ਹਲਾਲੋਂ ਖਾ ਮੁਰਦਾਰ ਤਰਕ ਹਲਾਲੋਂ ਖਾ ਮੁਰਦਾਰ ਜਿਹੜਾ ਇੱਕ ਵਾਰ ਉਸ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹਨੂੰ ਪਰਮਾਤਮਾ ਦੇ ਪ੍ਰੇਮ ਦੀ ਸਮਝ ਆ ਜਾਂਦੀ ਹੈ ਠੀਕ ਹੈ ਤਾਂ ਉਹ ਆਵਾਜ਼ ਦੇ ਕੇ ਦੂਸਰਿਆਂ ਨੂੰ ਉਸ ਰਾਹ ਤੇ ਚੱਲਣ ਲਈ ਪ੍ਰੇਰਿਤ ਹੈ ਠੀਕ ਹੈ ਬੇਟਾ ਹਲਾਲ ਅਤੇ ਮੁਰਦਾਰ ਦੇ ਜਿਹੜੇ ਅਰਥ ਨੂੰ ਦੋਨੇ ਦੋਨੇ ਕੀ ਨੇ ਬਦਲ ਜਾਂਦੇ ਨੇ ਠੀਕ ਹੈ ਮੁਰਦਾਰ ਹੁੰਦਾ ਹੈ ਮਰੀਆ ਹੋਇਆ ਤੇ ਹਲਾਲ ਹੈ ਜਿਹੜਾ ਕੀ ਹੈ ਇਹ ਇਸਲਾਮਧਰਮ ਦੇ ਵਿੱਚ ਜਾਇਜ਼ ਹੈ ਜਿਹੜਾ ਕੀ ਹੈ ਕਿਸੇ ਵੀ ਜੀਵ ਜੰਤੂ ਨੂੰ ਪੰਛੀ ਨੂੰ ਕਿਸੇ ਵੀ ਜੀਵ ਜੰਤੂ ਨੂੰ ਜਿਹੜਾ ਕੀ ਹੈ ਹਲਾਲ ਕਰਕੇ ਉਹ ਖਾਂਦੇ ਨੇ ਠੀਕ ਹੈ ਇਸ ਕਦੀ ਨਵੀਂ ਉਹ ਨਵੀਂ ਬਹਾਰ ਤਾਂ ਇਸ ਤਰ੍ਹਾਂ ਕੀ ਹੈ ਜਿਹੜੇ ਕੀ ਹੈ ਪ੍ਰਮਾਤਮਾ ਦੇ ਨਾਲ ਜਿਹੜਾ ਪ੍ਰੇਮ ਹੈ ਉਹਦੇ ਵਿੱਚ ਕੀ ਹੈ ਨਿਤ ਨਵਾਂ ਹੀ ਆਨੰਦ ਆਉਂਦਾ ਰਹਿੰਦਾ ਹੈ ਉਮਰ ਰਿਵਾਈ ਵਿੱਚ ਮਸੀਤੀ ਅੰਦਰ ਭਰਿਆ ਵਿੱਚ ਪਲੀਤੀ ਕਦੇ ਨਮਾਜ਼ ਬੇਹਦਤ ਨਾ ਕੀਤੀ ਪ੍ਰੀਤੀ ਕਿ ਹੁੰਦਾ ਪਾਪਾਂ ਦੇ ਨਾਲ ਪਰ ਹੈ ਠੀਕ ਹੈ ਹੁਣ ਕਿਉਂ ਕਰਨਾ ਏ ਤਾੜੋ ਤਾੜ ਇਸ਼ਕ ਦੀ ਨਵੀਂ ਨਵੀਂ ਬਹਾਰ ਠੀਕ ਹੈ ਬਟਾ ਇਹਦੇ ਵਿੱਚ ਕੀ ਹੈ ਬੁੱਲੇ ਸ਼ਾਹ ਜੀ ਕਹਿ ਰਹੇ ਨੇ ਵੀ ਜਿਹੜੀ ਉਮਰ ਰਿਵਾਈ ਵਿੱਚ ਮਸੀਤਾਂ ਜਿਹੜੀ ਆਪਣੀ ਉਹਨਾਂ ਨੇ ਉਮਰ ਹੈ ਉਹ ਸਾਰੀ ਕਿਹ ਮਸੀਤਾਂ ਦੇ ਵਿੱਚ ਗਵਾ ਦਿੱਤੀ ਹੈ ਠੀਕ ਹੈ ਮਸੀਤਾਂ ਦੇ ਵਿੱਚ ਹੀ ਰਹਿੰਦੇ ਨੇ ਜਿਹੜੇ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਨੇ ਜਿਹੜੇ ਜੀਵਨ ਦਾ ਵੱਡਾ ਹਿੱਸਾ ਉਹ ਕਿ ਮਸੀਤਾਂ ਦੇ ਵਿੱਚ ਹੈ ਧਾਰਮਿਕ ਸਥਾਨ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਉਹ ਬਤੀਤ ਕਰਦੇ ਨੇ ਅੰਦਰ ਭਰਿਆ ਵਿੱਚ ਪ੍ਰੀਤੀ ਪਰ ਜਿਹੜੇ ਕਿ ਕੁਝ ਲੋਕ ਕੀ ਨੇ ਅੰਦਰੋਂ ਕੀ ਨੇ ਉਹ ਆਪ ਪਾਪਾਂ ਦੇ ਨਾਲ ਭਰੇ ਹੋ ਹੁੰਦੇ ਹਨ ਕਦੇ ਨਮਾਜ਼ ਵਿਦਿਤ ਨਾ ਕੀਤੀ ਜਿਹੜੀ ਨਮਾਜ਼ ਹੈ ਉਹ ਉਹਨਾਂ ਨੇ ਕਦੇ ਵੀ ਹੈ ਪ੍ਰਮਾਤਮਾ ਦੇ ਨਾਲ ਵਿਦਿਤ ਹੁੰਦੀ ਹੈ ਰੱਬੀ ਇਕਤਾ ਪ੍ਰਮਾਤਮਾ ਦੇ ਨਾਲ ਇੱਕ ਇੱਕ ਬਰਾਬਰ ਰੱਖਣ ਦੇ ਲਈ ਠੀਕ ਹੈ ਤਾਂ ਜਿਹੜਾ ਕੀ ਹੈ ਉਹਨਾਂ ਦੇ ਵਿੱਚ ਕੀ ਹੈ ਪਾਪ ਕੁੰਨ ਨੇ ਜਿਹੜੇ ਕੀ ਨੇ ਉਹ ਦੋ ਪ੍ਰਕਾਰ ਦੇ ਹੁੰਦੇ ਨੇ ਠੀਕ ਹੈ ਇਸ ਪ੍ਰਕਾਰ ਕੀ ਹੈ ਜਿਹੜੇ ਇਹਨਾਂ ਦੇ ਹਿਰਦੇ ਦੇ ਵਿੱਚ ਮਾੜੇ ਵਿਚਾਰ ਨੇ ਉਹ ਭਰੇ ਹੋਏ ਹੁੰਦੇ ਹਨ ਹੁਣ ਕਿਉਂ ਕਰਨਾ ਹੈ ਢਾੜੋ ਢਾੜ ਇਸ਼ਕ ਦੀ ਨਵੀਂ ਉਹ ਨਵੀਂ ਬਹਾਰ ਫਿਰ ਆਖਰੀ ਉਮਰ ਕਾਲੀ ਪੈਣ ਲੱਗ ਪੈਂਦੀ ਹੈ ਠੀਕ ਹੈ ਅੰਦਰ ਪਾਪਾਂ ਦਾ ਬੋਝ ਵੱਧਦਾ ਜਾਂਦਾ ਉਹਨਾਂ ਦੇ ਅੰਦਰ ਤੇ ਨਾਲ ਹੀ ਕੀ ਹੈ ਰੱਬ ਤੋਂ ਦੂਰੀ ਵੀ ਹੁੰਦੀ ਜਾਂਦੀ ਹੈ ਜਦੋਂ ਇਹ ਅਹਿਸਾਸ ਕਰਾਇਆ ਜਾਂਦਾ ਹੈ ਵੀ ਹਾਂ ਇਹੋ ਬਹੁਤ देर ਹੋ ਚੁੱਕੀ ਹੈ ਵੀ ਪ੍ਰਮਾਤਮਾ ਦਾ ਹੁਣ ਤਾਂ ਨਾਮ ਸਿਮਰਨ ਕਰ ਲੈ ਤੁਸੀਂ ਬਹੁਤ ਬਜ਼ੁਰਗ ਹੋ ਗਏ ਹੋ ਪੂਰੀ ਜਵਾਨੀ ਤੁਨਿਆ ਲੰਘਾਤੀ ਠੀਕ ਹੈ ਤਾਂ ਜੇਕਰ ਇਹ ਰੱਬੀ ਜਿਹੜਾ ਇਸ਼ਕ ਹੈ ਇਸਕੇ ਦੇ ਰੰਗ ਵਿੱਚ ਰਹਿੰਦਾ ਤਾਂ ਉਹ ਕੀਏ ਸਾਰੇ ਨਾਲੋਂ ਵੱਖਰਾ ਹੀ ਆਨੰਦ ਹੁੰਦਾ ਹੈ ਤੇ ਸਭ ਤੋਂ ਅਲੱਗ ਹੀ ਰਹਿੰਦਾ ਹੈ। ਜਾਂ ਮੈਂ ਸਬਕ ਇਸ਼ਕ ਦਾ ਪੜਿਆ ਮਸਜਦ ਕੋਲੋਂ ਜੋੜਾ ਡਰਿਆ ਭੱਜ-ਭੱਜ ਠਾਕਰ ਦਵਾਰੇ ਵੜਿਆ ਘਰ ਵਿੱਚ ਪਾਇਆ ਮਹਿਰਮ ਯਾਰ ਇਸ਼ਕ ਦੀ ਨਵੀਂ ਨਵੀਂ ਬਹਾਰ। ਉਹਨੇ ਦੇ ਵਿੱਚ ਬਟਾ ਬੁੱਲ੍ਹੇ ਸ਼ਾਹ ਜੀ ਦੇ ਅਨੁਸਾਰ ਬੁੱਲ੍ਹੇ ਸ਼ਾਹ ਕਹਿ ਰਹੇ ਨੇ ਕਿ ਜਦੋਂ ਉਹ ਰੱਬ ਦੇ ਇਸ਼ਕ ਦੇ ਸਬਕ ਹੈ ਜਿਹੜਾ ਉਹਨੂੰ ਪੜ ਲੈਂਦਾ ਤੇ ਮਸਜਦ ਮਸਜਦ ਕੋਲੋਂ ਜੋੜਾ 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 ਕੀ ਹੁੰਦਾ ਦਿਲ ਹੁੰਦਾ ਠੀਕ ਹੈ ਡਰਿਆ ਮਸਜਿਦ ਦੇ ਕੋਲੋਂ ਕੀ ਹੈ ਦਿਲ ਡਰਦਾ ਹੈ ਠੀਕ ਹੈ ਤੇ ਕੀ ਹੈ ਭੱਜ ਭੱਜ ਠਾਕਰ ਦਵਾਰੇ ਵੜਿਆ ਠਾਕਰ ਦੇ ਦਵਾਰੇ ਕੀ ਹੈ ਫਿਰ ਗੁਰੂ ਦੇ ਦਰ ਤੇ ਹੋ ਭੱਜ ਭੱਜ ਕੇ ਜਾ ਕੇ ਵੜਦਾ ਹੈ ਘਰ ਵਿੱਚ ਪਾਇਆ ਮਹਿਰਮ ਯਾਰ ਇਸ਼ਕ ਦੀ ਨਵੀਂ ਨਵੀਂ ਬਹਾਰ ਤੇ ਫਿਰ ਉਸ ਤੋਂ ਬਾਅਦ ਕੀ ਹੈ ਜਿਹੜੀ ਗੁਰੂ ਦੀ ਦਿੱਤੀ ਹੋਈ ਸੋਝੀ ਹੈ ਸਮਝ ਹੈ ਮੁਰਸ਼ਿਦ ਦਿੱਤਾ ਹੈ ਗਿਆਨ ਆਪਣੇ ਗੁਰੂ ਦਾ ਦਿੱਤਾ ਹੋਇਆ ਗਿਆਨ ਹੈ ਉਹ ਰੱਬ ਹੈ ਜਿਹੜਾ ਕੀ ਹੈ ਉਹ ਰੱਬ ਦੇ ਨਾਲ ਆਪਣੇ ਘਰ ਦੇ ਵਿੱਚ ਕੀ ਹੈ ਭਾਵ ਉਹ ਨੂੰ ਆਪਣੇ ਅੰਦਰੋਂ ਹੀ ਸਭ ਕੁਝ ਮਿਲ ਜਾਂਦਾ ਹੈ ਇਸ ਨੂੰ ਹਾਸਲ ਕਰਨ ਦੇ ਲਈ ਉਹ ਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸਗੋਂ ਕੀ ਹੈ ਉਹ ਆਪਣੇ ਅੰਦਰੋਂ ਹੀ ਪ੍ਰਮਾਤਮਾ ਨੂੰ ਉਹ ਪਾ ਲੈਂਦਾ ਹੈ ਅਤੇ ਜਿਹੜਾ ਇਸ਼ਕ ਦਾ ਉਹ ਨੂੰ ਨਿਤ ਨਵਾਂ ਆਨੰਦ ਹੈ ਉਹ ਮਿਲਦਾ ਰਹਿੰਦਾ ਹੈ ਜਾਂ ਮੈਂ ਰਮਸ ਇਸ਼ਕ ਦੀ ਪਾਈ ਮੈਨਾ ਤੂਤੀ ਮਾਰਗ ਵਈ ਮੈਨਾ ਤੂਤੀ ਹੁੰਦਾ ਹੰਕਾਰ ਕਰਨਾ ਅੰਦਰ ਬਾਹਰ ਹੋਈ ਸਫਾਈ ਜਿਤਵਲ ਵੇਖਾ ਯਾਰੋ ਯਾਰ ਇਸ਼ਕ ਦੀ ਨਵੀਂ ਨਵੀਂ ਬਹਾਰ ਇਸ ਦੇ ਵਿੱਚ ਬੁਲੇਸ਼ਾ ਜੀ ਕਹ ਰਹੇ ਨੇ ਬੁਲੇਸ਼ਾ ਦੇ ਅਨੁਸਾਰ ਉਸ ਨੂੰ ਜਦੋਂ ਉਹ ਆਪਣਾ ਪਿਆਰ ਮਿਲ ਗਿਆ ਉਹਨੂੰ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦਾ ਪ੍ਰਮਾਤਮਾ ਦੀ ਜਿਹੜਾ ਇੱਕਮਿਕ ਹੋ ਗਿਆ ਉਹ ਪਿਆਰ ਉਹਨੂੰ ਮਿਲ ਗਿਆ ਤਾਂ ਫਿਰ ਉਸ ਨੂੰ ਇਸ਼ਕ ਦਾ ਜਿਹੜਾ ਭੇਦ ਉਹ ਪ੍ਰਮਾਤਮਾ ਦੇ ਨਾਲ ਜਿਹੜਾ ਇਸ਼ਕ ਦਾ ਭੇਦ ਸੀ ਉਹ ਕੀ ਹੈ ਉਹਨੂੰ ਸਮਝ ਆ ਜਾਂਦਾ ਹੈ ਤੇ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਹਉਮੈ ਨਹੀਂ ਰਹਿੰਦੀ ਉਹਦੇ ਅੰਦਰੋਂ ਜਿਹੜਾ ਹੰਕਾਰ ਹੋ ਸਭ ਕੁਝ ਖਤਮ ਹੋ ਜਾਂਦਾ ਹੈ ਅੰਦਰ ਬਾਹਰ ਹੋਈ ਸਫਾਈ ਤਾਂ ਉਹ ਅੰਦਰੋਂ ਬਾਹਰੋਂ ਬਿਲਕੁਲ ਸਾਫ਼ ਹੋ ਜਾਂਦਾ ਹੈ ਉਹਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਉਮੈ ਹੰਕਾਰ ਨਹੀਂ ਰਹਿੰਦਾ ਹੈਗੇ ਉਹਦੇ ਮਨ ਦੇ ਵਿੱਚ ਜਿਹੜੀ ਮੈਂ ਆ ਹੰਕਾਰ ਉਹ ਨਿਕਲ ਜਾਂਦਾ ਹੈ ਤੇ ਸਿਰਫ ਕੀ ਹੈ ਪ੍ਰੇਮ ਸਿਰਫ ਪ੍ਰਮਾਤਮਾ ਦੇ ਨਾਲ ਜਿਹੜਾ ਪ੍ਰੇਮ ਪਿਆਰ ਹੈ ਸਿਰਫ ਉਹੀ ਰਹਿ ਜਾਂਦਾ ਉਹਦੇ ਦਿਲ ਦੇ ਅੰਦਰ ਜਿਤਵਲ ਵੇਖਾ ਯਾਰੋ ਯਾਰ ਇਸਕ ਦੀ ਨਵੀਂ ਨਵੀਂ ਉਹ ਬਹਾਰ ਇਸ ਤਰ੍ਹਾਂ ਪਿਆਰੇ ਯਾਰ ਤੋਂ ਪਰਮਾਤਮਾ ਤੋਂ ਇਲਾਵਾ ਉਸ ਨੂੰ ਹੋਰ ਕੋਈ ਦਿਖਾਈ ਨਹੀਂ ਦਿੰਦਾ ਹੈਗਾ ਉਸ ਦੇ ਪਿਆਰ ਦਾ ਇਹ ਨਸਾਰਾ ਜਿਹੜਾ ਕੀ ਹੈ ਕਦੇ ਵੀ ਭੁੱਲਣ ਯੋਗ ਨਹੀਂ ਹੁੰਦਾ ਹੈਗਾ ਹੀਰ ਰਾਂਝੇ ਦੇ ਹੋ ਗਏ ਮੇਲੇ ਪੁੱਲੀ ਹੀਰ ਟੰਡੂਂਦੀ ਵੇਲੇ ਰਾਂਝਣ ਯਾਰ ਬੁਕਲ ਵਿੱਚ ਖੇਲੇ ਮੈਨੂੰ ਸੁਧ-ਬੁਧ ਰਹੀ ਨਸਾਰ ਇਸਕ ਦੀ ਨਵੀਂ ਨਵੀਂ ਬਹਾਰ ਇਸ ਦੇ ਵਿੱਚ ਜਿਹੜੀ ਹੀਰ ਰੂਪੀ ਇਸਤਰੀ ਹੈ ਠੀਕ ਹੈ ਉਹ ਆਪਣੇ ਰੱਬ ਰੂਪੀ ਰਾਜੇ ਦੇ ਨਾਲ ਮਿਲਾਪ ਤੋਂ ਬਾਅਦ ਇੱਕ ਕੀ ਅਜੀਬ ਜਿਹਾ ਆਨੰਦ ਮਹਿਸੂਸ ਕਰਦੀ ਹੈ ਉਹ ਠੀਕ ਹੈ ਬੇਟਾ ਪਹਿਲਾਂ ਤਾਂ ਉਹ ਉਸ ਨੂੰ ਜਿਹੜਾ ਕੀ ਹੈ ਉਹਨੂੰ ਰਾਜੇ ਨੂੰ ਬਾਹਰ ਜੰਗਲਾਂ ਦੇ ਵਿੱਚ ਬੇਲਿਆਂ 'ਚ ਉੱਥੇ ਸਾਰੀਆਂ ਥਾਵਾਂ ਤੇ ਲੱਭਦੀ ਰਹਿੰਦੀ ਹੈ ਫਿਰ ਰਾਜਨ ਯਾਰ ਬੁਕਲ ਵਿੱਚ ਖੇਲੇ ਮੈਨੂੰ ਸੁਧ ਬੁਧ ਰਹੀ ਨਸਾਰ ਜਦੋਂ ਉਹ ਪਰਮਾਤਮਾ ਨੂੰ ਪਾ ਲੈਂਦੀ ਹੈ ਆਪਣੇ ਰਾਜਨ ਯਾਰ ਨੂੰ ਆਪਣੇ ਅੰਦਰ ਵਸਦਾ ਦੇਖਦੀ ਹੈ ਤਾਂ ਕਿ ਉਸ ਨੂੰ ਅਹਿਸਾਸ ਹੁੰਦਾ ਕਿ ਜਿਵੇਂ ਉਸ ਨੇ ਆਪਣੀ ਸੁੱਧ ਬੁੱਧੀ ਗਵਾਚ ਲਈ ਹੈ ਅਚਾਨਕ ਜਿਹੜਾ ਕੀ ਹੈ ਉਸ ਨੂੰ ਅਜਿਹੇ ਜਦੋਂ ਪਿਆਰ ਮਿਲਦਾ ਹੈ ਇਹ ਪਰਮਾਤਮਾ ਰੱਬੀ ਰੱਬੀ ਪਿਆਰ ਹੈ ਜਿਹੜਾ ਉਹ ਮਿਲਦਾ ਉਹਦੇ ਵਿੱਚ ਬੜਾ ਹੀ ਆਨੰਦ ਅਨੁਭਵ ਹੁੰਦਾ ਹੈ ਠੀਕ ਹੈ ਤਾਂ ਇਸ ਤਰ੍ਹਾਂ ਕੀ ਹੈ ਜਿਹੜਾ ਇਸ਼ਕ ਦਾ ਜਿਹੜਾ ਆਨੰਦ ਹੈ ਉਹ ਨਿਤ ਨਵਾਂ ਹੁੰਦਾ ਹੈ ਵੇਦ ਕੁਰਾਨਾ ਪੜ ਪੜ ਥੱਕੇ ਸਜਦੇ ਕਰਦਿਆਂ ਘਸ ਗਏ ਮੱਥੇ ਨਾ ਰੱਬ ਤੀਰਥ ਨਾ ਰੱਬ ਮੱਕੇ ਜਿਨ ਪਾਇਆ ਤਿੰਨ ਨੂਰ ਅਨਵਾਰ ਇਸ਼ਕ ਦੀ ਨਵੀਂੋ ਨਵੀਂ ਬਹਾਰ ਬੁੱਲੇ ਸ਼ਾ ਅਨਸਾਰ ਕੇ ਬੁੱਲੇ ਸ਼ਾ ਜੀ ਕਹਿ ਰਹੇ ਨੇ ਕਿ ਜਿਹੜੇ ਲੋਕ ਨੇ ਰੱਬ ਨੂੰ ਹਾਸਲ ਕਰਨ ਦੇ ਲਈ ਕੀ ਵੇਦਾਂ ਦਾ ਅਧਿਐਨ ਕਰਦੇ ਨੇ ਜੰਗਲਾਂ ਦੇ ਵਿੱਚ ਫਿਰਦੇ ਨੇ ਠੀਕ ਹੈ ਕੁਰਾਨ ਦਾ ਪਾਠ ਕਰਦੇ ਨੇ ਸਭ ਕੁਝ ਕੀ ਉਹ ਪੜ ਪੜ ਕੇ ਅੰਤ ਵਿੱਚ ਥੱਕ ਜਾਂਦੇ ਨੇ ਥੱਕ ਹਾਰ ਜਾਂਦੇ ਨੇ ਥਾਂ ਥਾਂ ਤੇ ਨਮਸਕਾਰ ਕਰਦੇ ਉਹਨਾਂ ਦੇ ਮੱਥੇ ਵਿਕਾਸ ਜਾਂਦੇ ਨੇ ਤੇ ਵਕ ਵਕ ਤੀਰਥ ਸਥਾਨਾਂ ਤੇ ਵੀ ਜਾਂਦੇ ਨੇ ਨਾ ਰੱਬ ਮੱਕੇ ਦੇਖੀਏ ਤੀਥਾਂ ਦੇ ਜਾਣ ਦੇ ਨਾਲ ਉਹਨਾਂ ਨੂੰ ਕੁਝ ਨਹੀਂ ਮਿਲਦਾ ਹੈਗਾ ਨਾ ਹੀ ਮੱਕੇ ਜਾਣ ਦੇ ਵਿੱਚ ਕੁਝ ਹਾਸਲ ਹੁੰਦਾ ਹੈ ਸਿਰਫ ਉਹਨਾਂ ਨੂੰ ਜਿਹੜਾ ਪਰਮਾਤਮਾ ਹੈ ਉਹ ਕੀ ਉਹਨਾਂ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਹੁੰਦਾ ਹੈ ਉਹ ਤਾਂ ਸਿਰਫ ਪ੍ਰੇਮ ਉਹਦੇ ਅੰਦਰੋਂ ਹੀ ਮਿਲਦਾ ਹੈ ਜਿਸ ਨੂੰ ਇੱਕ ਵਾਰ ਮਿਲ ਜਾਂਦਾ ਹੈ ਉਸ ਨੂੰ ਕੀ ਹੈ ਤਿੰਨ ਨੂਰੋ ਤਿੰਨ ਨੂਰ ਅਨਵਾਰ ਉਸ ਨੂੰ ਕੀ ਹੈ ਨੂਰਾਂ ਦਾ ਨੂਰ ਮਿਲ ਜਾਂਦਾ ਹੈ ਇਸ਼ਕ ਦੀ ਨਵੀਂ ਉਹ ਨਵੀਂ ਬਹਾਰ ਇਹ ਸਿਰਫ ਪ੍ਰੇਮ ਹੈ ਜਿਹੜਾ ਪਰਮਾਤਮਾ ਦੇ ਨਾਲ ਜਿਹੜਾ ਪ੍ਰੇਮ ਹੈ ਇਹ ਪਰਮਾਤਮਾ ਦੇ ਨਾਲ ਇਕਮਿਕ ਹੋ ਕੇ ਆਪਣੇ ਅੰਦਰੋਂ ਹਉਮੈ ਨੂੰ ਤਿਆਕ ਕੇ ਹੀ ਪ੍ਰਾਪਤ ਹੁੰਦਾ ਹੈ ਜਿਹੜਾ ਇਸ਼ਕ ਦਾ ਪਰਮਾਤਮਾ ਦੇ ਨਾਲ ਜਿਹੜਾ ਇਸ਼ਕ ਦਾ ਨਵਾਂ ਰੰਗ ਹੈ ਇਹ ਨਿਤ ਨਵਾਂ ਆਉਂਦਾ ਰਹਿੰਦਾ ਹੈ ਤੇ ਇਸ ਦੇ ਨਾਲ ਹੀ ਕੀ ਮਨ ਨੂੰ ਸਕੂਨ ਮਿਲਦਾ ਹੈ ਇਸ਼ਕ ਪੁਲਾਇਆ ਸਜਦਾ ਤੇਰਾ ਹੁਣ ਕਿਉਂ ਐਵੇਂ ਪਾਵੇ ਝੇੜਾ ਬੁੱਲਾ ਹੋਰ ਰ ਚੁੱਪ ਚਪੇੜਾ ਚੱਕੀ सगਲੀ ਕੂਕ ਪੁਕਾਰ ਇਸ਼ਕ ਦੀ ਨਵੀਂਓ ਨਵੀਂ ਬਹਾਰ ਇਸ ਦੇ ਵਿੱਚ ਬੁੱਲੇ ਸ਼ਾਹ ਜੀ ਕਹਿ ਰਹੇ ਨੇ ਕਿ ਜਦੋਂ ਰੱਬ ਦਾ ਜਿਹੜਾ ਆਸ਼ਕ ਹੈ ਉਹਦੀ ਪਰਮਾਤਮਾ ਦੇ ਨਾਲ ਨੇੜਤਾ ਵੱਧ ਜਾਂਦੀ ਹੈ ਪਰਮਾਤਮਾ ਦੇ ਨੇੜੇ ਹੋਣ ਦਾ ਉਹ ਅਨੁਭਵ ਮਹਿਸੂਸ ਕਰ ਲੈਂਦਾ ਹੈ ਉਹ ਜਾਣ ਲੈਂਦਾ ਹੈ ਕਿ ਉਸ ਨੂੰ ਹੁਣ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈਗੀ ਉਸ ਨੇ ਕੀ ਹੈ ਪਰਮਾਤਮਾ ਨੂੰ ਪਾ ਲਿਆ ਹੈ ਜਿਸ ਨੇ ਪਰਮਾਤਮਾ ਨੂੰ ਜਿਸ ਇਨਸਾਨ ਜਿਸ ਇਨਸਾਨ ਨੂੰ ਪਰਮਾਤਮਾ ਨੇ ਸਾਧਕੇ ਭੇਜਿਆ ਇਸ ਧਰਤੀ ਦੇ ਉੱਪਰ ਉਸ ਨੂੰ ਕੀ ਹੈ ਪਰਮਾਤਮਾ ਨੇ ਪਰਮਾਤਮਾ ਨੂੰ ਉਸਨੇ ਪਾ ਲਿਆ ਉਹ ਠੀਕ ਹੈ ਬੁੱਲੇ ਅਨਸਾਰ ਕੀ ਹੈ ਹੁਣ ਜਿਹੜੇ ਉਹਦੇ ਅੰਦਰ ਕੀ ਹੈ ਉਹ ਸਾਰੀ ਚੁੱਪ ਛਾ ਗਈ ਹੈ ਉਹਨੂੰ ਸਾਰੇ ਪ੍ਰਸ਼ਨਾਂ ਦੇ ਜਿਹੜੇ ਕੀ ਨੇ ਅੰਤਰ ਸਾਰੇ ਪ੍ਰਸ਼ਨਾਂ ਦੇ ਉੱਤਰ ਮਿਲ ਚੁੱਕੇ ਨੇ ਠੀਕ ਹੈ ਇਸ਼ਕ ਦੀ ਨਵੀਂ ਉਹ ਨਵੀਂ ਬਹਾਰ ਉਹਦੀਆਂ ਸਾਰੀਆਂ ਸ਼ੰਕਾਵਾਂ ਮੁੱਕ ਗਈਆਂ ਨੇ ਤੇ ਉਸ ਨੂੰ ਕੀ ਹੈ ਪ੍ਰੇਮ ਦਾ ਜਿਹੜਾ ਇਹ ਰੰਗ ਹੈ ਜਿਹੜਾ ਕੀ ਹੈ ਨਿਤ ਨਵਾਂ ਆਉਂਦਾ ਰਹਿੰਦਾ ਹੈ ਤੇਰਾ ਨਾਮ ਧਿਆਈ ਦਾ ਸਾਈਂ ਤੇਰਾ ਨਾਮ ਧਿਆਈ ਦਾ ਸਾਈਂ ਤੇਰਾ ਨਾਮ ਧਿਆਈ ਦਾ ਬੁੱਲੇ ਨਾਲੋਂ ਚੁੱਲ੍ਹਾ ਚੰਗਾ ਜਿਸ ਪਰ ਤਾਮ ਪਕਾਈ ਦਾ ਤਾਮ ਕੀ ਹੁੰਦਾ ਬੇਟਾ ਖਾਣਾ ਹੁੰਦਾ ਬੁੱਲੇ ਸ਼ਾਂਸਰ ਕੀ ਹੈ ਉਹ ਹਰਦਮ ਕੀ ਹੈ ਹਰ ਸਮੇਂ ਪਰਮਾਤਮਾ ਦਾ ਨਾਮ ਤੇ ਆਉਂਦਾ ਹੈ ਤੇ ਉਸ ਨੂੰ ਯਾਦ ਕਰਦਾ ਹੈ ਉਹ ਕਹਿੰਦਾ ਵੀ ਮੇਰੀ ਜਿਹੜੀ ਹੱਸੀ ਆ ਉਹ ਕੁਝ ਵੀ ਨਹੀਂ ਹੈ ਉਸ ਦੇ ਨਾਲੋਂ ਤਾਂ ਕੀ ਹੈ ਬੁੱਲੇ ਨਾਲੋਂ ਚੁੱਲ੍ਹਾ ਚੰਗਾ ਬੁੱਲਾ ਕਹਿ ਰਿਹਾ ਵੀ ਮੇਰੇ ਨਾਲੋਂ ਤਾਂ ਚੁੱਲ੍ਹਾ ਚੰਗਾ ਜਿਸ ਉੱਪਰ ਕੀ ਹੈ ਖਾਣਾ ਪਕਾਇਆ ਜਾਂਦਾ ਹੈ ਰਲ ਫਕੀਲਾ ਫਕੀਰਾ ਮਜਰਸ ਕੀਤੀ ਭੋਰਾ ਪੋਰਾ ਖਾਈਦਾ ਉਹੀ ਜਿਹੜਾ ਚੁੱਲ੍ਹੇ ਦੇ ਉੱਪਰ ਖਾਣਾ ਪਕਾਇਆ ਜਾਂਦਾ ਹੈ ਉਹੀ ਖਾਣਾ ਫਕੀਰਾਂ ਦੇ ਕੰਮ ਆਉਂਦਾ ਹੈ ਥੋੜਾ ਥੋੜਾ ਖਾ ਕੇ ਉਹ ਪ੍ਰਮਾਤਮਾ ਦੀ ਭਜਨਬੰਦਗੀ ਕਰ ਲੈਂਦੇ ਨੇ ਤੇ ਉਸ ਦੇ ਪਿਆਰ ਲਈ ਉਸ ਦੀ ਕਿਰਪਾ ਹਾਸਲ ਕਰਨ ਲਈ ਕੀ ਹੈ ਹਉਮੈ ਤੇ ਕੀ ਅਹੰਕਾਰ ਦਾ ਤਿਆਗ ਕਰਨਾ ਪੈਂਦਾ ਹੈ ਰੰਗੜ ਨਾਲੋਂ ਖਿੰਗਰ ਚੰਗਾ ਜਿਸ ਪਰ ਪੈਰ ਕਸਾਈ ਦਾ ਬੁੱਲੇ ਸ਼ਾ ਨੂੰ ਸੋਈ ਪਾਵੇ ਜੋ ਬੱਕਰਾ ਬਣੇ ਕਸਾਈ ਦਾ ਬੁੱਲੇ ਸ਼ਾਹ ਕਹ ਰਹੇ ਵੀ ਜਿਹੜੀ ਉਹਦੀ ਆਪਣੀ ਹਸਤੀ ਹੈ ਉਹ ਕੁਝ ਵੀ ਨਹੀਂ ਹੈ ਤੁੱਛ ਹੈ ਕ ਬਿਲਕੁਲ ਨੀਚ ਹੈ ਉਹਦੇ ਨਾਲੋਂ ਕੀ ਹੈ ਰੱਬ ਤਾਂ ਉਸ ਨੂੰ ਹੀ ਅਸਲ ਹੁੰਦਾ ਹੈ ਜੋ ਕਸਾਈ ਦੇ ਬੱਕਰੇ ਵਾਂਗ ਹੈ ਜਿਹੜਾ ਕੀ ਹੈ ਕੁਰਬਾਨੀ ਦੇਣ ਲਈ ਹਰ ਸਮੇਂ ਤਿਆਰ ਰਹੇ ਅਤੇ ਤਿਆਗ ਵਿੱਚ ਹੀ ਸੁਖ ਹੈ ਇਸ ਦੇ ਵਿੱਚ ਬੇਟਾ ਬੁੱਲੇ ਸ਼ਾਹ ਜੀ ਕਹ ਰਹੇ ਨੇ ਵੀ ਮੈਨੂੰ ਆਪਣੇ ਆਪ ਨੂੰ ਨਹੀਂ ਪਤਾ ਵੀ ਮੈਂ ਕੌਣਾ ਮੇਰਾ ਜੋ ਕੁਝ ਵੀ ਹੈ ਅੱਲਾਹ ਪਰਮਾਤਮਾ ਹੈ